ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਬੈਰਾਗਣ ਮਹੱਲਾ ਪਹਿਲਾ, ਹਰਨੀ ਹਰਨੀ ਹੋਵਾ ਬਨ ਬਸਾ। ਇਹ ਜਿਹੜਾ ਬਰਾਗਣ ਹੈ ਨਾ, ਇਹਨੂੰ ਦਲਾਵਾਂ ਜਿਹੜੀਆਂ ਦੀਰਗ ਲਾ ਕੇ ਉਚਾਰਨ ਕਰਨਾ। ਗੌੜੀ ਬੈਰਾਗਣ ਮਹੱਲਾ ਪਹਿਲਾ, ਗੌੜੀ ਬੈਰਾਗਣ ਮਹੱਲਾ ਪਹਿਲਾ, ਹਰਨੀ ਹੋਵਾ ਬਨ ਬਸਾ। ਬਨ ਪੋਲਾ ਉਚਾਰਨ ਕਰਨਾ, ਹਰਨੀ ਹੋਵਾ ਬਨ ਬਸਾ। ਕੰਧ ਮੂਲ ਚੁਣ ਖਾਓ, ਕੰਧ ਮੂਲ ਚੁਣ ਖਾਓ, ਇਹਨੂੰ ਕੰਧ ਨੀ ਕਹਿਣਾ। ਗੁਰ ਪ੍ਰਸਾਦੀ ਮੇਰਾ ਸਹੁ ਮਿਲੈ, ਵਾਰ ਵਾਰ ਹਉ ਜਾਉ ਜੀਉ, ਮੈਂ ਬਨਜਾਰਨ ਰਾਮ ਕੀ, ਮੈਂ ਬਨਜਾਰਨ ਰਾਮ ਕੀ, ਮੈਂ ਬਨਜਾਰਨ ਰਾਮ ਕੀ, ਤੇਰਾ ਨਾਮ ਵੱਖਰ ਵਾਪਾਰ ਜੀ, ਰਹਾਉ ਕੋਕਿਲ ਹੋਵਾ ਅੰਬ ਬਸਾ। ਬਸਾ ਨੀ ਕਹਿਣਾ, ਬੋਲਾ ਬਸਾ, ਬੋਲਾ ਹੀ ਬੋਲਣਾ। ਕੋਕਿਲ ਹੋਵਾ ਅੰਬ ਬਸਾ, ਕੋਕਿਲ ਹੋਵਾ ਅੰਬ ਬਸਾ, ਸਹਿਜ ਸ਼ਬਦ ਵਿਚਾਰ, ਸਹਿਜ ਸੁਭਾਅ ਮੇਰਾ ਸਹੁ ਮਿਲੈ, ਦਰਸ਼ਨ ਰੂਪ ਅਪਾਰ, ਮਛਲੀ ਹੋਵਾ ਜਲ ਬਸਾ, ਜੀ ਜੰਤ ਸਭ ਸਾਰ, ਉਰਵਾਰ ਪਾਰ ਮੇਰਾ ਸਹੁ ਮਿਲੈ, ਸਹੁ ਵਸੈ, ਉਰਵਾਰ ਪਾਰ ਮੇਰਾ ਸਹੁ ਵਸੈ, ਹਉ ਮਿਲੋਗੀ ਬਾਹ ਪਸਾਰ। ਮਿਲੋਗੀ ਨੀ ਕਹਿਣਾ, ਮਿਲੋ ਹਉ ਮਿਲੋਗੀ, ਮਿਲੋ ਦੇ ਵਿਚ ਡੈਸ਼ ਦੇ ਕੇ ਗੀ ਨਾਲ ਉਚਾਰਨ ਕਰਨਾ, ਪਾਠ ਇਕੱਠਾ ਹੀ ਹੈ। ਹਉ ਮਿਲੋਗੀ ਬਾਹ ਪਸਾਰ, ਹਉ ਮਿਲੋਗੀ ਬਾਹ ਪਸਾਰ, ਨਗਨ ਹੋਵਾ ਧਰ ਵਸਾ, ਸ਼ਬਦ ਵਸੈ ਭਉ ਜਾਏ। ਨਗਨ ਥੋੜਾ ਜਾ ਕੱਸ ਕੇ ਬੋਲਣਾ, ਨਗਨ ਹੋਵਾ ਧਰ ਵਸਾ, ਨਾਨਕ ਸਦਾ ਸੁਹਾਗਣੀ ਵਸੈ ਭਉ ਜਾਏ। ਹਾਂਜੀ ਚਲੋ, ਨਾਨਕ, ਨਾਨਕ ਸਦਾ ਸੁਹਾਗਣੀ, ਸੁਹਾਗਣੀ ਹੋੜਾ ਹੈਗਾ, ਨਾਨਕ ਸਦਾ ਸੁਹਾਗਣੀ, ਜਿਨ ਜੋਤੀ ਜੋਤ ਸਮਾਏ। ਗੌੜੀ ਪੂਰਵੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵਹੁ ਸੋਹਿਲਾ, ਸਿਵਰਹੁ ਸਿਰਜਣਹਾਰੋ। ਇੱਥੇ ਸਿਵਰਹੁ ਪਾਠ ਹੈ, ਸੋਹਿਲਾ ਸਾਹਿਬ ਦੇ ਵਿੱਚ ਸਿਵਰਹੁ ਪਾਠ ਹੈ, ਧਿਆਨ ਨਾਲ ਉਚਾਰਨ ਕਰਨਾ। ਇੱਥੇ ਸਿਵਰਹੁ ਸਿਰਜਣਹਾਰੋ, ਤੁਮ ਗਾਵਹ ਤੁਮ ਗਾਵਹ ਮੇਰੇ ਨਿਰਭਉ ਕਾ ਸੋਹਿਲਾ, ਇਹ ਕਾ ਤੇ ਪਦ ਤੇ ਠਮਕ ਲਾ ਦੇ। ਹੋ ਵਾਰੀ ਜਾਓ ਜਿਤ ਸੋਹਿਲੈ, ਸਦਾ ਸੁਖ ਹੋਏ। ਹੋ ਵਾਰੀ ਜਾਓ ਜਿਤ ਸੋਹਿਲੈ, ਇੱਥੇ ਲਾ ਦੋ। ਹੋ ਵਾਰੀ ਜਾਓ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਓ, ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੇਗਾ ਦੇਵਨਹਾਰ। ਇੱਥੇ ਦੇਖੇਗਾ ਹੈ, ਉੱਥੇ ਦੇਖੇਗਾ ਪਾਠ ਹੈ। ਇੱਥੇ ਖੱਖੇ ਦੇ ਦਲਾਵਾਂ ਹਨ, ਦੇਖੇਗਾ ਦੇਵਨਹਾਰ। ਤੇਰੇ ਦਾਨਾ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ,
ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਤੇਲ ਦੇਹ ਸੱਜਣ ਆਸੀਸੜੀਆ ਉੱਥੇ ਅਸੀਸੜੀਆ ਇੱਥੇ ਐੜੇ ਦੇ ਕੰਨਾਂ ਵੀ ਹੈ ਆਸੀਸੜੀਆ ਦੇਹ ਸੱਜਣ ਆਸੀਸੜੀਆ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸੱਦੜੇ ਨਿੱਤ ਪਵਨ ਇਹ ਸੱਦੜੇ ਉਚਾਰਨ ਕਰਨਾ ਕੱਸ ਕੇ ਸੱਦਣ ਹਾਰਾ ਸਿਮਰੀ ਹੈ ਨਾਨਕ ਸੇ ਦੇਹ ਆਵਨ ਰਾਗ ਗੌੜੀ ਗੁਆਰੇ ਰੀ ਮਹੱਲਾ ਤੀਜਾ ਇਹ ਮੰਗਲ ਸ਼ੁੱਧ ਕਰ ਲਿਓ ਪ੍ਰਾਤਨ ਸਰੂਪਾਂ ਚ ਮੰਗਲ ਇਸ ਤਰ੍ਹਾਂ ਹੈ ਰਾਗ ਗੌੜੀ ਰਾਗ ਗੌੜੀ ਮਹੱਲਾ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਫਿਰ ਡੰਡੀਆਂ ਫਿਰ ਅੱਗੇ ਆ ਗੌੜੀ ਗੁਆਰੇ ਰੀ ਫਿਰ ਦੋ ਡੰਡੀਆਂ ਇਸ ਤਰ੍ਹਾਂ ਪ੍ਰਾਤਨ ਸਰੂਪਾਂ ਦੇ ਵਿੱਚ ਮੰਗਲ ਸ਼ੁੱਧ ਹੈ ਇਸ ਤਰ੍ਹਾਂ ਹੀ ਸੰਪਰਦਾ ਦੇ ਵਿੱਚ ਟਕਸਾਲ ਦੇ ਵਿੱਚ ਮੰਗਲ ਸ਼ੁੱਧ ਕਰਾਇਆ ਜਾਂਦਾ ਹੈ ਰਾਗ ਗੌੜੀ ਮਹੱਲਾ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਥੇ ਦੋ ਡੰਡੀਆਂ ਹਨ ਫਿਰ ਗੌੜੀ ਗੁਆਰੇ ਦੀ ਫਿਰ ਦੋ ਡੰਡੀਆਂ ਹਨ ਰਾਗ ਗੌੜੀ ਮਹੱਲਾ ਤੀਜਾ ਚੌਪਦੇ 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 ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੌੜੀ ਗੁਆਰੇ ਰੀ ਗੁਰ ਮਿਲਿਆ ਹਰ ਮੇਲਾ ਹੋਈ ਹਰ ਮੇਲਾ ਇਕੱਠਾ ਨੀ ਕਹਿਣਾ ਹਰ ਮੇਲਾ ਹੋਈ ਗੁਰ ਮਿਲਿਆ ਹਰ ਮੇਲਾ ਹੋਈ ਆਪੇ ਮੇਲ ਮਿਲਾਵੇ ਆਪੇ ਇੱਥੇ ਆਪੇ ਮੇਲ ਮਿਲਾਵੇ ਸੋਈ ਮੇਰਾ ਪ੍ਰਭ ਸਭ ਬਿਧ ਆਪੇ ਜਾਣੈ ਹੁਕਮੇ ਮੇਲੇ ਸਬਦ ਪਛਾਣੈ ਸਤਿਗੁਰ ਕੈ ਭੈ ਭਰਮ ਭਉ ਜਾਏ ਭੈ ਨੀ ਬੋਲਣਾ ਇਹਨੂੰ ਬੋਲਣਾ ਭੈ ਇਸ ਤਰ੍ਹਾਂ ਉਚਾਰਨ ਕਰਨਾ ਭੈ ਸਤਿਗੁਰ ਕੈ ਭੈ ਭਰਮ ਭਉ ਜਾਏ ਭੈ ਰਾਚੈ ਸਚ ਰੰਗ ਸਮਾਏ ਰਹਾਉ ਗੁਰ ਮਿਲਿਆ ਹਰ ਮਨ ਵਸੈ ਸੁਭਾਏ ਹਰ ਮਨ ਪਾਠ ਇਕੱਠਾ ਨੀ ਕਰਨਾ ਹਰ ਤੇ ਯਮਕ ਲੱਗ ਜੇਗੀ ਹਰ ਮਨ ਵਸੈ ਸੁਭਾਏ ਗੁਰ ਮਿਲਿਆ ਹਰ ਮਨ ਵਸੈ ਸੁਭਾਏ ਮੇਰਾ ਪ੍ਰਭ ਭਾਰਾ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ ਸ਼ਬਦ ਸਾਲਾ ਹੈ ਅੰਤ ਨ ਪਾਰਾ ਵਾਰ ਮੇਰਾ ਪ੍ਰਭ ਬਖਸੇ ਬਖਸਨਹਾਰ ਅੱਖ ਅੱਖਾਂ ਹੀ ਉਚਾਰਨ ਕਰਨਾ ਬਖਸੇ ਬਖਸਨਹਾਰ ਗੁਰ ਮਿਲਿਆ ਸਭ ਮਤ ਬੁੱਧ ਹੋਏ ਮਨ ਨਿਰਮਲ ਵਸੈ ਸਚ ਸੋਏ ਸਾਚ ਵਸੈ ਸਾਚੀ ਸਾਭਕਾਰ ਊਤਮ ਕਰਨੀ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣੈ ਕੋਏ ਜੀਵੈ ਦਾਤਾ ਦੇਵਨਹਾਰ ਜੀਵੈ ਦਾਤਾ ਜੀਵੈ ਦਾਤਾ ਦੇਵਨਹਾਰ ਨਾਨਕ ਹਰ ਨਾਮੇ ਲੱਗੈ ਪਿਆਰ ਨਾਨਕ ਦੇ ਵਿਸਰਾਮ ਨਾਨਕ ਹਰ ਨਾਮੇ ਲੱਗੈ ਪਿਆਰ ਗੌੜੀ ਗੁਆਰੇਰੀ ਮਹੱਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ ਬੁੱਝੈ ਸੀਜੈ ਸੋਏ
ਗੁਰ ਤੇ ਸਹਿਜ ਸਾਚ ਵਿਚਾਰ, ਗੁਰ ਤੇ ਸਹਿਜ ਸਾਚ ਵਿਚਾਰ, ਗੁਰ ਤੇ ਪਾਏ ਮੁਕਤ ਦੁਆਰ, ਪੂਰੇ ਭਾਗ ਮਿਲੈ ਗੁਰ ਆਏ, ਸਾਚਾ ਸਹਿਜ ਸਾਚ ਸਮਾਏ ਰਹਾਉ, ਗੁਰ ਮਿਲਿਆ ਤ੍ਰਿਸ਼ਨਾ ਅਗਨ ਬੁਝਾਏ, ਗੁਰ ਤੇ ਸ਼ਾਂਤ ਵਸੈ ਮਨ ਆਏ, ਮਨ ਆਏ ਇਕੱਠਾ ਨੀ ਗਹਿਣਾ, ਮਨ ਆਏ ਵੱਖਰਾ ਬੁਝਾਏ ਪੂਲਾ ਉਚਾਰਨ ਕਰਨਾ, ਗੁਰ ਤੇ ਪਵਿੱਤ ਪਾਵਨ ਸੁੱਚ ਹੋਏ, ਗੁਰ ਤੇ ਸ਼ਬਦ ਮਿਲਾਵਾ ਹੋਏ, ਬਾਜ ਗੁਰੂ ਸਭ ਭਰਮ ਭੁਲਾਈ, ਬਿਨ ਨਾਵੈ ਬਹੁਤਾ ਦੁਖ ਪਾਈ, ਗੁਰਮੁਖ ਹੋਵੈ ਸੋ ਨਾਮ ਧਿਆਈ, ਦਰਸ਼ਨ ਸੱਚਾ ਸੱਚੀ ਪਤ ਹੋਈ, ਕਿਸਨੋ ਕਹੀਐ ਦਾਤਾ ਇੱਕ ਸੋਈ, ਕਿਰਪਾ ਕਰੇ ਸ਼ਬਦ ਮਿਲਾਵਾ ਹੋਈ, ਮਿਲ ਪ੍ਰੀਤਮ ਸਾਚੇ ਗੁਣ ਗਾਵਾ, ਨਾਨਕ ਸਾਚੇ ਸਾਚ ਸਮਾਵਾ, ਗੌੜੀ ਗੁਆਰੇ ਰੀ ਮਹੱਲਾ ਤੀਜਾ, ਸੋ ਥਾਉ ਸੱਚ। ਇਹ ਪਾਠ ਵੀ ਸੰਪਰਦਾ ਦੇ ਵਿੱਚ ਇਕੱਠਾ ਕਰਾਇਆ ਜਾਂਦਾ ਹੈ। ਸੁਥਾਵ ਸੱਚ ਲਿਖਿਆ ਹੋਇਆ, ਸੁਥਾਵ ਪਦਸ਼ੇਦ ਸਰੂਪਾਂ ਚ ਹੁੰਦ ਇਕੱਠਾ ਹੀ ਪਾਠ ਹੈ। ਸੁਥਾਵ ਦਾ ਅਰਥ ਹੈ ਸ੍ਰੇਸ਼ਟ ਥਾਂ, ਯਾਨੀ ਸਤਸੰਗਤ ਰੂਪੀ ਥਾਂ। ਸੁਥਾਵ ਸੱਚ ਮਨ ਨਿਰਮਲ ਹੋਏ, ਸੱਚ ਨਿਵਾਸ ਕਰੇ ਸੱਚ ਸੋਏ, ਸੱਚੀ ਬਾਣੀ ਜੁਗ ਚਾਰੇ ਜਾਪੈ, ਸਭ ਕਿਛ ਸਾਚਾ ਆਪੇ ਆਪੈ, ਕਰਮ ਹੋਵੈ ਸਤਸੰਗ ਮਿਲਾਏ, ਹਰ ਗੁਣ ਗਾਵੈ ਬੈਸ ਸੁਥਾਏ। ਸੁਥਾਏ ਇਹ ਵੀ ਪਾਠ ਇਕੱਠਾ ਹੀ ਹੈ। ਰਹਾਉ ਜਲੋ ਇਹ ਜਿਹਵਾ, ਜਲੋ ਇਹ ਨੀ ਕਹਿਣਾ ਇਹਨੂੰ, ਈੜੀ ਲਾਂ ਹਾਹੇ ਲਾਂ ਇਹ, ਈੜੀ ਸਿਆਰੀ ਹਾਹਾ ਇਹ, ਇਸ ਤਰ੍ਹਾਂ ਉਚਾਰਨ ਕਰ। ਜਲੋ ਇਹ ਜਿਹਵਾ ਦੂਜਾ ਭਾਏ, ਹਰ ਰਸ ਨਾ ਚਾਖੈ, ਰਸ ਕਸਕੇ ਨੀ ਬੋਲਣਾ, ਹਰ ਰਸ ਨਾ ਚਾਖੈ, ਹਰ ਰਸ ਨਾ ਚਾਖੈ, ਫੀਕਾ ਆ ਲਾਏ, ਬਿਨ ਬੁਝੇ ਤਨ ਮਨ ਫੀਕਾ ਹੋਏ। ਫੀਕਾ ਇਹਨੂੰ ਫੀਕਾ ਨੀ ਕਹਿ ਦੇਣਾ, ਫਫਾ ਸ਼ੁੱਧ ਫੀਕਾ ਉਚਾਰਨ ਕਰਨਾ। ਬਿਨ ਨਾਵੈ ਦੁਖੀਆ ਚੱਲਿਆ ਰੋਏ, ਰਸਨਾ ਹਰ ਰਸ ਚਾਖਿਆ, ਰਸਨਾ ਇੱਥੇ ਯਮਕ ਲਾ ਦੇਣੀ ਹੈ, ਰਸਨਾ ਹਰ ਰਸ ਚਾਖਿਆ, ਰਸਨਾ ਹਰ ਰਸ ਚਾਖਿਆ, ਸਹਿਜ ਸੁਭਾਏ, ਗੁਰ ਕਿਰਪਾ ਤੇ ਸੱਚ ਸਮਾਏ, ਸਾਚੇ ਰਾਤੀ ਗੁਰ ਸ਼ਬਦ ਵਿਚਾਰ, ਅੰਮ੍ਰਿਤ ਪੀਵੈ ਨਿਰਮਲ ਧਾਰ, ਨਾਮ ਸਮਾਵੈ ਜੋ ਭਾਡਾ ਹੋਏ, ਉਂਦੈ ਭਾਂਡੈ ਟਿਕੈ ਨਾ ਕੋਏ। ਇੱਥੇ ਨਾਲ ਹੀ ਭਾਡਾ ਪਦ ਆਇਆ ਹੈ, ਇੱਥੇ ਬਿੰਦੀ ਨਹੀਂ ਹੈ, ਅੱਗੇ ਦੋ ਬਿੰਦੀਆਂ ਹਨ, ਭਾਂਡੈ ਉੱਥੇ ਬਿੰਦੀ ਲੱਗੀ ਹੋਈ ਹੈ, ਇਸ ਕਰਕੇ ਇੱਥੇ ਭਾਡਾ ਹੀ ਉਚਾਰਨ ਕਰਨਾ, ਇੱਥੇ ਭਾਂਡਾ ਉਚਾਰਨ ਕਰਨਾ। ਨਾਮ ਸਮਾਵੈ ਜੋ ਭਾਡਾ ਹੋਏ, ਉਂਦੈ ਭਾਂਡੈ ਟਿਕੈ ਨਾ ਕੋਏ। ਗੁਰ ਸ਼ਬਦੀ ਮਨ ਨਾਮ ਨਿਵਾਸ, ਨਾਨਕ ਸੱਚ ਭਾਂਡਾ। ਇੱਥੇ ਵੀ ਬਿੰਦੀ ਆ ਗਈ ਹੈ, ਯਾਨੀ ਦੇਖ ਲੋ ਵੀ ਜਿੱਥੇ ਮਹਾਰਾਜ ਨੇ ਬਿੰਦੀ ਬਿੰਦੀ ਯਾਨੀ ਲਾਉਣੀ ਸੀ ਤੇ ਭਾਡੇ ਤੇ ਵੀ ਲਾ ਦਿੰਦੇ ਭਾਈ ਸਾਹਿਬ ਭਾਈ ਗੁਰਦਾਸ ਜੀ,
ਜਾਂ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਪਰੰਤੂ ਇੱਥੇ ਭਾਡਾ ਹੀ ਲਿਖਿਆ ਔਰ ਨਾਲ ਹੀ ਅਗਲੀ ਪੰਕਤੀ ਚ ਭਾਂਡਾ ਲਿਖਿਆ। ਇੱਥੋਂ ਇਹ ਸਪਸ਼ਟ ਹੁੰਦਾ ਹੈ ਵੀ ਜਿੱਥੇ ਬਿੰਦੀ ਲੱਗੀ ਹੈ ਉੱਥੇ ਲਾਉਣੀ ਹੈ, ਜਿੱਥੇ ਨਹੀਂ ਲੱਗੀ ਉੱਥੇ ਨਹੀਂ ਲਾਉਣੀ। ਜਿਵੇਂ ਗੌੜੀ ਕੀ ਵਾਰ ਦੇ ਵਿੱਚ ਵੀ ਆ ਜਾਂਦਾ, ਇਸ ਤਪੈ ਨੂੰ ਤਿੱਥੇ ਖੜ ਪਾਇਓ ਜਿੱਥੇ ਮਹਾ ਮਹਾ ਹਥਿਆਰਿਆ। ਇੱਕ ਮਹਾ ਦੇ ਪਦ ਤੇ ਬਿੰਦੀ ਨਹੀਂ ਹੈ, ਦੂਜੇ ਨਾਲਲੇ ਪਦ ਤੇ ਮਹਾ ਬਿੰਦੀ ਹੈ, ਉਹੀ ਪੰਕਤੀ ਇੱਥੇ ਹੈ ਭਾਂਡਾ ਅਤੇ ਭਾਡਾ। ਇਸ ਕਰਕੇ ਧਿਆਨ ਨਾਲ ਉਚਾਰਨ ਕਰਨਾ ਔਰ ਇਸ ਇੱਥੋਂ ਸੇਧ ਮਿਲਦੀ ਹੈ। ਤਾਂ ਹੀ ਸੰਪਰਦਾ ਦੇ ਵਿੱਚ ਦੱਸਿਆ ਜਾਂਦਾ ਵਿਦਿਆਰਥੀਆਂ ਨੂੰ ਵੀ ਜਿੱਥੇ ਬਿੰਦੀ ਲੱਗੀ ਹੈ ਉੱਥੇ ਲਾਉਣੀ ਹੈ, ਜਿੱਥੇ ਨਹੀਂ ਬਿੰਦੀ ਲੱਗੀ ਉੱਥੇ ਨਹੀਂ ਲਾਉਣੀ। ਨਹੀਂ ਤਾਂ ਅੱਜ ਕੱਲ੍ਹ ਨਵੀਨ ਦਾ ਫਿਰ ਨੱਕ ਦੇ ਵਿੱਚ ਹੀ ਬਿੰਦੀ ਫਿੱਟ ਹੋ ਗਈ ਹੈ, ਗਾਵੈ ਜਾਵੈ ਕਰਾਵੈ ਮਾਵੈ ਖਾਵੈ, ਇਉਂ ਹੀ ਕਰਾਈ ਜਾਂਦੀ ਹੈ। ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ। ਗੌੜੀ ਗੁਆਰੇ ਦੀ ਮਹੱਲਾ ਤੀਜਾ। ਇੱਕ ਗਾਵਤ ਰਹੇ ਮਨ ਸਾਧ ਨਾ ਪਾਏ, ਹੋਮੈ ਵਿੱਚ ਗਾਵਹਿ ਬਿਰਸਾ ਜਾਏ, ਗਾਵਣ ਗਾਵਹਿ ਜੇਨ ਨਾਮ ਪਿਆਰ, ਸਾਚੀ ਬਾਣੀ ਸ਼ਬਦ ਵਿਚਾਰ। ਗਾਵਤ ਰਹੇ ਜੇ ਸਤਿਗੁਰ ਭਾਵੈ, ਮਨ ਤਨ ਰਾਤਾ ਨਾਮ ਸੁਹਾਵੈ ਰਹਾਉ। ਇੱਕ ਗਾਵਹਿ ਇੱਕ ਭਗਤ ਕਰੇ, ਨਾਮ ਨਾ ਪਾਵਹਿ ਬਿਨ ਅਸਨੇਹ। ਇਹ ਨਾਮ ਇੱਥੇ ਯਮਕ ਲਾ ਦੇਣੀ ਹੈ, ਨਾਮ ਨਾ ਪਾਵਹਿ ਬਿਨ ਅਸਨੇਹ। ਇਹਨੂੰ ਅਸਨੇਹ ਆਹੇ ਦੇ ਲਾਂ ਨਹੀਂ ਲਾ ਦੇਣੀ, ਅਸਨੇਹ ਇਸ ਤਰ੍ਹਾਂ ਉਚਾਰਨ ਕਰਨਾ। ਸੱਚੀ ਭਗਤ ਗੁਰ ਸ਼ਬਦ ਪਿਆਰ, ਆਪਣਾ ਬਿਰ ਰਾਖਿਆ ਸਦਾ ਔਰ ਧਾਰ। ਭਗਤ ਕਰਹਿ ਮੂਰਖ ਆਪ ਜਣਾਵਹਿ, ਨੱਚ ਨੱਚ ਟੱਪਹਿ ਬਹੁਤ ਦੁਖ ਪਾਵਹਿ। ਨੱਚਿਆ ਟੱਪਿਆ ਭਗਤ ਨਾ ਹੋਏ, ਸ਼ਬਦ ਮਰੈ ਭਗਤ ਪਾਏ ਜਨ ਸੋਏ। ਭਗਤ ਵਸ਼ਲ, ਇਹ ਵਸ਼ਲ ਜਿਹੜਾ ਪਾਦ ਹੈ ਇਹਨੂੰ ਪੋਲਾ ਹੀ ਉਚਾਰਨ ਕਰਨਾ, ਵਛਲ ਨਹੀਂ ਕਹਿਣਾ। ਭਗਤ ਵਸ਼ਲ ਭਗਤ ਕਰਾਏ ਸੋਏ, ਸੱਚੀ ਭਗਤ ਵਿੱਚ ਆਪ ਖੋਏ। ਮੇਰਾ ਪ੍ਰਭ ਸਾਚਾ ਸਭ ਵਿਦ ਜਾਣੈ, ਨਾਨਕ ਬਖਸੇ ਨਾਮ ਪਛਾਣੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।